ਸਾਬਕਾ ਅਕਾਲੀ ਵਿਧਾਇਕ ਗੁਰਬਚਨ ਸਿੰਘ ਬੱਬੇਹਾਲੀ ਦੇ ਪੁੱਤਰ ਤੇ ਹੋਏ ਜਾਨਲੇਵਾ ਹਮਲਾ ਮਾਮਲੇ ਵਿੱਚ ਘਟਨਾ ਤੋਂ ਕੁਝ ਸਮੇਂ ਬਾਅਦ ਕਾਂਗਰਸੀ ਧਿਰ ਦੇ ਵਰਕਰ ਵੀ ਜ਼ਖਮੀ ਹਾਲਤ ਵਿੱਚ ਗੁਰਦਾਸਪੁਰ ਹਸਪਤਾਲ ਪਹੁੰਚੇ। ਕਾਂਗਰਸੀ ਵਰਕਰਾਂ ਨੇ ਉਲਟਾ ਅਮਰਜੀਤ ਸਿੰਘ ਬੱਬੇਹਾਲੀ ਖਿਲਾਫ ਆਪਣੇ ਤੇ ਹਮਲਾ ਕਰਨ ਦੇ ਇਲਜ਼ਾਮ ਲਾਏ ਨੇ। ਉਹਨਾਂ ਨੇ ਹਮਲਾ ਕੀਤਾ ਸਾਡੇ ਤੇ, ਆਣ ਕੇ ਸੈਸ਼ਨ ਅਸੀਂ ਸੱਦਿਆ, ਉਹਨਾਂ ਨੂੰ ਸੈਕਟਰੀਆਂ ਨੂੰ ਅਸੀਂ ਸੱਦਿਆ, ਅਸੀਂ ਦੋ ਪੰਚਾਇਤਾਂ ਬਣਾਉਣ ਡਿਆ ਤਿੰਨ। ਇਹਨਾਂ ਨੇ ਅਸੀਂ ਪਹਿਲਿਓਂ ਕੋਈ ਪਲੇਨ ਇਹੋ ਜਿਹੀ ਬਣਾਈ ਸੀ ਵੀ ਉੱਥੇ ਜਾਣਗੇ ਤੇ ਅਸੀਂ ਬੰਦੇ ਲੈ ਕੇ ਪੈ ਜਾਂਗੇ, ਬੰਦੇ ਲੈ ਕੇ ਪਏ ਆ, ਸਾਡੇ ਵੈਸੇ ਕਾਫੀ ਸੱਟਾਂ ਲੱਗੀਆਂ ਨੇ ਲੋਕਾਂ। ਇਸ ਦੌਰਾਨ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਅਮਰਜੋਤ ਸਿੰਘ ਬੱਬੇਹਾਲੀ ਤੇ ਉਸਦੇ ਸਾਥੀ ਦਿਖਾਈ ਦੇ ਰਹੇ ਨੇ। ਦੋਵਾਂ ਪਾਸਿਆਂ ਤੋਂ ਪੱਥਰਬਾਜ਼ੀ ਤੇ ਗਾਲੀ ਗਲੋਚ ਕੀਤਾ ਜਾ ਰਿਹਾ ਹੈ। ਪੁਲਿਸ ਮੁਤਾਬਿਕ ਦੋਵਾਂ ਧਿਰਾਂ ਦੀ ਆਪਸੀ ਲੜਾਈ ਦਰਮਿਆਨ ਦੋਵੇਂ ਪਾਸੇ ਲੋਕ ਜ਼ਖਮੀ ਹੋਏ ਨੇ, ਜਦਕਿ ਗੋਲੀ ਚੱਲਣ ਦੀ ਕੋਈ ਘਟਨਾ ਨਹੀਂ ਵਾਪਰੀ ਹੈ। ਇੱਥੇ ਪਿੰਡ ਬੱਬੇਹਾਲੀ ਦੀ ਅੱਜ ਪਿੰਡ ਦੀ ਪੰਚਾਇਤ ਆ, ਦੋ ਪਾਰਟੀਆਂ ਵੱਖਰੀ ਪੰਚਾਇਤ ਕਰਨਾ ਚਾਹੁੰਦੇ ਸੀ, ਜਿਸ ਵਿੱਚ ਅਕਾਲੀ ਪਾਰਟੀ ਅਤੇ ਕਾਂਗਰਸ ਪਾਰਟੀ ਦਾ ਆਪਸ ਵਿੱਚ ਝਗੜਾ ਹੋ ਗਿਆ। ਅਕਾਲੀ ਪਾਰਟੀ ਵੱਲੋਂ ਜਿਹੜੇ ਆਊਟਸਾਈਡਰ ਆਏ ਸੀ, ਉਹਨਾਂ ਨੇ ਜਿਹੜੇ ਕਰਕੇ ਹਮਲਾ ਕੀਤਾ ਕਿ ਦੂਜੇ 'ਤੇ ਝਗੜਾ ਹੋਣ ਕਰਕੇ ਦੋਵਾਂ ਪਾਰਟੀਆਂ ਨੂੰ ਸੱਟਾਂ ਲੱਗੀਆਂ। ਨਹੀਂ ਨਹੀਂ ਇੱਥੇ ਕਿਸ ਤਰ੍ਹਾਂ ਦਾ ਕੋਈ ਵੀ ਫਾਇਰ ਨਹੀਂ ਹੋਇਆ, ਕੋਈ ਗੱਲ ਨਹੀਂ, ਅੱਜ ਫਾਇਰ ਵਾਲੀ ਕੋਈ ਗੱਲ ਨਹੀਂ।